दूरों दूरों अखियां मारे मुंडा पटवारी दा ओए दूरों दूरों अखियां मारे मुंडा पटवारी दा नार पटोले भरगी लोको थामर गई जे नूरो को वे उठे सिद्धे कर इशारे मुंडा पट अस्सलाम वालेकुम नाज़रीन प्रोग्राम च खुश आमदीद दूर दूर अखियां मारे अस्सलाम वालेकुम नाज़रीन प्रोग्राम च खुश आमदीद दूर दूर अखियां मारे बहुत ही शुक्रिया ताड़ा साड़ा प्रोग्राम नू वेखण लई सुरमा पाया होता है
उस्ताद जी यार क्या रहा है। चलो जी चलो चलो हाँ जी दूध भूल गई यार। चलो उस्ताद जी मेरी जान जी आए 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 जी बोल जी नू ज़ेप्रो यूज़ किया तो ज़ेप्रो भाई अच्छा उत्तर नू की है तारजन दी सस वर्गा लगदा मुंडा पटवारी दा तारजन दी सस वर्गा अबे नू हला के कोक दी बोतल फड़ाई हुंदी ओ जेल चुकी कनक बनाई होती है मुंडा पटवारी का सही है जेल चुकी कनक बनाई होती हो वाह उसका की मसला तेन जुगत आई सी चाचा तू यार मैं कहना उसाज फिर उदा तू चलो 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 बस वेखो मौत खूह चो गैलन भरी मुंडा पटवारी दंद च देखो बंब नू लून लाया होंगे बस वेखो एक साथ नींद पूरी की होंगी है दूरो दूरो अखियां बारे माइक ना नाला पाया हों दूरों दूरों पटवारी कन्न विचो मैल कटी होगी जो दूर अंगूठी बिच लाल बेग मड़ाया होंदा उस्ताद जी सरहाने विच हवा पराई हुंदी ओ दूरों दूरों किया मारे मुंडा पटवारी दा अखियां नहीं बचिया दूरों दूरों बहुत दूरों दूरों मारती इधर वेखो खूरे बिच लैपटॉप दूरों दूरों अखियां इधर देखो अन्ने नू तारे नजर आए तू जिथे सामान मार दे दूरों दूरों अखियां मारे मुंडा
ਪਟਵਾਰੀ ਪਟੋਲੇ ਵਰਗੀ ਪਟੋਲੇ ਵਰਗੀ ਲੋਕੋ ਹਾਂ ਮਰ ਗਈ ਜੇ ਨੂੰ ਰੋਕੋ ਵੇ ਸਿੱਧੇ ਕਰਦਾ ਇਸ਼ਾਰੇ ਮੁੰਡਾ ਪਟਵਾਰੀ ਦਾ ਗੈਰਤ ਐਡੀਟਿੰਗ ਕਰਾਈ ਹੁੰਦੀ ਹੈ ਫਿਰ ਵੀ ਬਲਰ ਆ ਗਿਆ ਸਾਜੀ ਹਾਂਜੀ ਸਾਜੀ ਕਮਲੀ ਨੇ ਫੈਰ ਕੱਢੇ ਮੁੰਡਾ ਪਟਵਾਰੀ ਦਾ ਘੜੀ ਬਣੀ ਹੁੰਦੀ ਆ ਗਿੱਛ ਕੀਤੀ ਦਾਨਿਸ਼ ਦੇਖ ਲੋ ਦੇਖ ਲੋ ਥੱਲੇ ਖੋਖਾ ਪਾਇਆ ਹੁੰਦਾ ਹੈ ਫਰੀਦ ਵੀ ਲਓ ਜੀ ਫਿਰ ਬੜਾ ਪਾਗਲ ਆ ਲਓ ਜੀ ਫਿਰ ਠਹਿਰ ਆ ਤੇ ਅੱਜ ਇੱਧਰ ਦੇ ਸ਼ੋਅ ਹੈ ਲਓ ਜੀ ਰਸ ਨਾਲ ਗਿੱਟੇ ਕੂਚੇ ਹੁੰਦੇ ਆ ਚਲੋ ਵੀ ਚਲੋ 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 ਲੰਮੇ ਬਾਰ ਤੱਕ ਦੀ ਬਾਤ ਚਲੋ ਇੱਕ ਬੰਦੇ ਦੀ ਬੁੱਢੀ ਮਰ ਜਾਂਦੀ ਓਏ ਓਏ ਦੀ ਬੁੱਢੀ ਮਰ ਜਾਂਦੀ ਜਨਾਜ਼ਾ ਵੱਜਦਾ ਇੱਕ ਖੰਬੇ ਦੇ ਵਿੱਚ ਬੁੱਢੀ ਉੱਠ ਕੇ ਬਹਿ ਜਾਂਦੀ ਬੁੱਢੀ ਉੱਠ ਕੇ ਬਹਿ ਜਾਂਦੀ ਵੱਜ ਜਾਂਦੀ ਛੇ ਮਹੀਨੇ ਬਾਅਦ ਦੁਬਾਰਾ ਮਾਰਦੀ ਜਨਾਜ਼ਾ ਲੈ ਕੇ ਜਾ ਰਹੇ ਹੁੰਦੇ ਨੇ ਬੰਦਾ ਪਿੱਛੋਂ ਉਹਦਾ ਬੰਦਾ ਸਾਰੇ ਕਹਿ ਰਹੇ ਨੇ ਕਿ ਕਲਮਾ ਸ਼ਹਾਦਤ ਉਹ ਕੱਲਾ ਹੀ ਉਹਦਾ ਬੰਦਾ ਕਹਿ ਰਿਹਾ ਹੁੰਦਾ ਕਿ ਖੰਬਾ ਬਚਾ ਕੇ ਭਾਜੀ ਖੰਬਾ ਬਚਾ ਕੇ ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ ਵਾ 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 ਅੱਛਾ ਗਲਿਓ ਭਾਵੇਂ ਨਹੀਂ ਲੱਤ ਪੂਰੀ ਕਲਾਸੀ ਕਲਾਰੀ ਚੁੱਕਦਾ ਹੈ ਅੱਛਾ ਹਾਂਜੀ ਭੁੱਲ ਗਿਆ ਤੂੰ ਮਾਰਾ ਕੋਈ ਕੂਆ ਦਾ ਪਾਣੀ ਕੂਆ ਦਾ ਅੱਛਾ ਖੂਹ ਦਾ ਕਹਿੰਦਾ ਖੂਹਾਂ ਦਾ ਕੋਈ ਖੂਹ ਦਾ ਪਾਣੀ ਕਿੱਦਾਂ ਪੀਤ ਗਈਆਂ ਉਹੀ ਪਾਣੀ ਦਾ ਪਾਣੀ ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ ਅਸਲ ਵਾਲੀ ਨੇ ਸਨੀਚਰ ਦੀ ਦੁਕਾਨ ਬਣਾ ਲਈ ਤੇ ਬਾਹਰ ਲੱਕੜ ਦੀਆਂ ਲੱਤਾਂ ਟੰਗੀਆਂ ਦੂਰੋਂ ਦੂਰੋਂ ਅੱਖੀਆਂ ਮਾਰੇ ਅੱਖ ਬਜਾਇਆ ਮਹਿਕਮੇ ਚ
ਛਿੱਤਰ ਪਏ ਉਹ ਜਾਂਦੇ ਜਾਂਦੇ ਚੁੱਲ੍ਹਿਆਂ ਤੇ ਵੀ ਛੱਡੇ ਲੈਂਦੇ ਸੀ कर लेंगे जो मेरिया अखां फुल लाल हो जाण मैनू दस दई ओके गिदड़ कहिंदा ओके की कहिंदा शेर कहिंदा है वेख अखां लाल होईयां गिदड़ कहिंदा है नहीं भैंसा थोड़ी लागे आउंदा ते शेर कहिंदा वेख जवाना हुण लाल होईयां अखां मेरियां गिदड़ कहिंदा है हां जी बाजी थोड़ियां लेकिन पूरियां नहीं शेर कहिंदा हुण उधरों भैंसा होर लागे आ गया शेर कहिंदा हुण वेख जवाना वाह 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 गिदड़ कहिंदा हां हुण कुछ पखियां ने ਜਦੋਂ ਭੈਂਸਾ ਬਿਲਕੁਲ ਕੋਲ ਆ ਗਿਆ ਤੇ ਸ਼ੇਰ ਕਹਿੰਦਾ ਜਵਾਨਾ ਹੁਣ ਵੇਖ ਗਿੱਦੜ ਕਹਿੰਦਾ ਫੁੱਲ ਲਾਲ ਦੇ ਇਸ ਟਾਈਮ ਖੂਨ ਨਿਕਲ ਰਿਹਾ ਪਖ ਰਹੀਆਂ ਨੇ ਸ਼ੇਰ ਮਾਰਦਾ ਛਾਲ ਤੇ ਭੈਂਸੇ ਨੂੰ ਫੜ ਕੇ ਮਾਲ
ਥੱਲੇ ਥੱਲੇ ਕਿੱਦੜ ਸੋਚਦਾ ਹੈ ਪਰ ਮੈਨੂੰ ਜਾ ਜਾ ਕੇ ਸ਼ਿਕਾਰ ਕਰਨ ਦੀ ਅੱਛਾ ਉਹ ਉੱਥੋਂ ਹੀ ਆਪਣੇ ਕਬੀਲੇ ਵੱਲ ਦੌੜ ਲਾ ਦਿੰਦਾ ਹੈ ਖੁਸ਼ੀ ਨਾਲ ਖੁਸ਼ੀ ਨਾਲ ਕਬੀਲੇ ਦੇ ਵਿੱਚ ਜਾ ਕੇ ਕਹਿੰਦਾ ਹੈ ਕਿ ਮੈਂ ਸਿੱਖ ਲਿਆ ਸ਼ਿਕਾਰ ਕਿੱਦਾਂ ਕਰੀਦਾ ਹੈ ਬਾਕੀ ਕਬੀਲੇ ਵਾਲੇ ਕਹਿੰਦੇ ਗਿੱਦੜ ਬਾਕੀ ਗਿੱਦੜ ਕਹਿੰਦੇ ਵੀ ਚਲੋ ਫਿਰ ਚੱਲਦੇ ਆ ਮਰ ਗਏ ਭੁੱਖੇ ਇੱਕ ਜਗ੍ਹਾ ਤੇ ਉਹ ਜਿਹਦਾ ਇੰਜ ਕਰਕੇ ਸਿੰਘ ਨੀ ਅੱਗੇ ਹੁੰਦਾ ਇੱਕ ਕੱਲਾ ਹੀ ਉਹਨੂੰ ਵੇਖਦਾ ਦੂਰੋਂ ਆ ਰਿਹਾ ਤੇ ਗਿੱਦੜ ਆਪਣੇ ਬਾਕੀਆਂ ਨੂੰ ਕਹਿੰਦਾ ਰਿਸ਼ਤੇਦਾਰਾਂ ਨੂੰ ਕਿ ਮੇਰੀਆਂ ਅੱਖਾਂ ਦੇਖੀ ਜਾਇਓ ਓਏ ਮੇਰੀਆਂ ਅੱਖਾਂ ਦੇਖੀ ਜਾਇਓ ਇਹ ਲਾਲ ਹੋਣਗੀਆਂ ਤੇ ਮੈਨੂੰ ਦੱਸਿਓ ਉਹ ਸਾਰੇ ਕਹਿੰਦੇ ਗਿੱਦੜ ਕਹਿੰਦਾ ਹਾਂ ਬਈ ਲਾਲ ਹੋਈਆਂ ਉਹ ਕਹਿੰਦੇ ਨਹੀਂ ਗੈਂਡਾ ਗੈਂਡਾ ਥੋੜਾ ਜਿਹਾ ਲੱਗ ਆਉਂਦਾ ਥੋੜਾ ਜਿਹਾ ਲੱਗ ਆਉਂਦਾ ਹੈ ਤੇ ਗਿੱਦੜ ਆਪਣੇ ਬਾਕੀ ਗਿੱਦੜਾਂ ਨੂੰ ਪੁੱਛਦਾ ਹੈ ਵੀ ਅੱਖਾਂ ਲਾਲ ਹੋਈਆਂ ਉਹ ਕਹਿੰਦੇ ਨੇ ਕਿ ਨਹੀਂ ਹਾਲੇ ਪੂਰੀਆਂ ਨਹੀਂ ਹੋਈਆਂ ਕਹਿੰਦਾ ਹੋਰ ਲੱਗ ਆਉਂਦਾ ਤੇ ਪੁੱਛਦਾ ਬਈ ਹੁਣ ਬਾਕੀ ਕਹਿੰਦੇ ਬਈ ਥੋੜੀਆਂ ਥੋੜੀਆਂ ਗੈਂਡਾ ਹੋਰ ਲੱਗ ਆਉਂਦਾ ਤੇ ਕਹਿੰਦਾ ਬਈ ਹੁਣ ਬਾਕੀ ਗਿੱਦੜ ਕਹਿੰਦੇ ਹੋਈਆਂ ਨੇ ਪਰ ਉਂਝ ਨਹੀਂ ਜਿਵੇਂ ਤੂੰ ਸ਼ੇਰ ਦੀਆਂ ਦੱਸੀਆਂ ਸੀ ਗੈਂਡਾ ਬਿਲਕੁਲ ਲੱਗ ਆ ਗਿਆ ਗਿੱਦੜ ਬਾਕੀਆਂ ਨੂੰ ਪੁੱਛਦਾ ਬਈ ਹੁਣ ਉਹ ਕਹਿੰਦੇ ਫੁੱਲ ਲਾਲ ਹੋ ਗਈਆਂ ਨੇ ਖੂਨ ਵਗ ਰਿਹਾ ਤੇਰੀਆਂ ਅੱਖਾਂ ਚੋਂ ਗਿੱਦੜ ਛਾਲ ਮਾਰਦਾ ਗੈਂਡੇ ਤੇ ਗੈਂਡਾ ਸਿੰਘ ਪਰੋ ਕੇ ਗਿੱਦੜ ਨੂੰ ਤਾਂ ਚੁੱਕ ਲੈਂਦਾ ਗਿੱਦੜ ਆਖਰੀ ਸਾਹ ਲੈ ਰਿਹਾ ਹੈ ਵੱਖੀ ਚੋ ਸਿੰਘ ਪਰੋਇਆ ਹੈ ਤੇ ਆਖਰੀ ਵਾਰੀ ਕਹਿੰਦਾ ਹੈ ਓਏ ਅੱਖਾਂ ਲਾਲ ਨਹੀਂ ਸੀ ਹੋਈ ਆ ਇਹਨਾਂ ਕੰਜਰਾਂ ਨੇ ਝੂਠ ਬੋਲ ਕੇ ਮਰਵਾ ਦਿੱਤਾ ਕਿੱਥੇ ਗਈ ਉਹ ਪਟਵਾਰੀ ਉਹ ਅੱਖਾਂ ਕਿੱਥੇ ਗਈ ਦੂਰੋਂ ਦੂਰੋਂ ਕੀਆ ਮਾਰੇ ਮੁੰਡਾ ਪਟਵਾਰੀ ਦਾ ਦੂਰੋਂ ਦੂਰੋਂ ਕੀਆ ਮਾਰੇ ਆਪਣੇ ਬਿਸਤਰੇ ਤੇ ਚੀਨੀ ਸੁੱਟ ਕੇ ਕਹਿੰਦਾ ਅੱਜ ਮੈਂ ਮਿੱਠੀ ਨੀ ਦੇ ਸੋਣਾ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ ਸੁਣ ਲੋ ਸੁਣਾ ਕਾਜੀ ਜੀ ਸੁਣ ਲੋ ਰਾਤੀ 2 ਵਜੇ ਉੱਠ ਕੇ ਨਜ਼ਰ ਦੀ ਕਣਕ ਲਾ ਲਈ ਕਿਉਂ ਕਹਿੰਦੇ ਖੁਆਬ ਵਿੱਚ ਸਹੀ ਨਜ਼ਰ ਨਹੀਂ ਆਇਆ ਕਲੀਨ ਸ਼ੇਵ ਜਿਨ ਹੁੰਦਾ ਪਟਵਾਰੀ ਦਾ
ਦਰ ਚ ਦੇਖੋ ਦੇਖ ਲੋ ਛੱਲੀ ਨਾ ਬਾਰੀ ਬੰਦ ਕੀਤੀ ਹੁੰਦੀ ਦੂਰ ਦੂਰ ਇੱਕੀਆਂ ਮਾਰੇ ਮੁੰਡਾ ਪਟਵਾਰੀ ਦਾ ਆਵਾਜ਼ ਵੀ ਸੁਣਨਾ ਬਲੱਡ ਬੈਂਕ ਸੀ ਮੈਨੂੰ ਬਹਿਣ ਦੇ ਪਟਵਾਰੀ ਦਾ ਦੂਰੋਂ ਦੂਰੋਂ ਲੰਗੜੇ ਬੰਦੇ ਦੀ ਸੀਟ ਹੁੰਦੀ ਉੱਥੋਂ ਉਠਾ ਕੇ ਕਹਿੰਦਾ ਮੈਨੂੰ ਬਹਿਣ ਦੇ ਪਟਵਾਰੀ ਦਾ ਉਹ ਮਰੋ ਲੈ ਪਟਵਾਰੀ ਦਾ ਕੱਲ ਦਾਨਿਸ਼ ਨੇ ਕੱਲ ਦਾਨਿਸ਼ ਨੇ ਵੱਡੇ ਕਮਰੇ ਦਾ ਕਲੀਨ ਪੁੱਟ ਕੇ ਨਹੀਂ ਨਹੀਂ ਜਾ ਕੇ ਮੈਂ ਕਲੀਨ ਸ਼ੇਵ ਕਰ ਦੇ ਕੁੰਕੜੀਆਂ ਫਿਰਦੀਆਂ ਜੁਲਸ ਮਾਰੀ ਹੈ ਕਹਿੰਦਾ ਫਰੀਦ ਹੈ ਪੰਪ ਤੇ ਕੁੰਕੜੀਆਂ ਫਿਰ ਕੱਲ ਕੁੱਤੇ ਨੂੰ ਮਸ਼ਵਰਾ ਦਿੱਤਾ ਕੋਲਗੇਟ ਕਰਿਆ ਕਰ ਕੀ ਕਰਿਆ ਕਰ ਕੋਲਗੇਟ ਥੋੜਾ ਕੋਲ ਕਰਕੇ ਗੇਟ ਕਰਿਆ ਸ਼ੁਰੂ ਕੀਤਾ ਹੈ ਤੇ ਪਹਿਲਾਂ ਹੀ ਮੁਰਦਾ ਨਵਾਉਣ ਗਿਆ ਤੇ ਦੇਖਿਆ ਤੇ ਮੁਰਦੇ ਦੀਆਂ ਅੱਖਾਂ ਖੁੱਲੀਆਂ ਤੇ ਡਰ ਗਿਆ ਤੇ ਕਹਿੰਦਾ ਮੇਰੇ ਕੋਲੋਂ ਨਹੀਂ ਜੇ ਨਵਾਇਆ ਜਾਣਾ ਉਹਨਾਂ ਨੇ ਕਿਹਾ ਵੀ ਕਿਉਂ ਕਹਿੰਦਾ ਮੇਰੇ ਕੋ ਇਹਦੀਆਂ ਅੱਖਾਂ ਚ ਸਾਬਣ ਪੈ ਜਾਣਾ
जेड़ा कुट खा रहा हुंदा एकदम कहिंदा ओए वाह 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 इत्थे मेरा गंडासा हुंदा ते मैं तुहानू दसदा ओ कहिंदे जा गंडासा लैके आ ओ गंडासा लैण जांदा बस वापस ही नहीं आउंदा दूरों दूरों अग्गियां मारे मुंडा पटवारी दा की कोलों तेज बस नंगिया एक मिनट समय में लगे कैंड की दिया तू साजी कोलों तेज बस ले तेज बस नंगिया ते पटियां करा लेंगे वो क्यों कल बात जल्दी फिर भी करानी है जी बस नू जिन चिंबड़ के महले दिया बुढ़िया कहदिया बाजी तेरे मुंडे नू जिन चिंबड़े ने साडी गड्डी नू धक्का ही लवा दिते शाट पई मरिया नी तलवारी निकल गई अच्छा कहते शाट पई तो मरिया नी तलवारी निकल गई ਪਿੱਛੋਂ ਪਿੱਛੋਂ ਸ਼ਾਟ ਪੈ ਗਿਆ ਅਬਾਸ ਦਾ ਅੱਬੂ ਨਹਿਰ ਚ ਡਿੱਗ ਪਿਆ ਇਹਦੀ ਜਾਗੀ ਗੈਰਤ ਇਹਨੇ ਵੀ ਛਾਲ ਮਾਰਤੀ ਥੱਲੜੀ ਜੇਬ ਚੋਂ ਕੱਲੇ ਪੈਸੇ ਕੱਢ ਕੇ ਆ ਗਿਆ ਮੁੰਡਾ ਪਟਵਾਰੀ ਦਾ ਥੱਲੜੀ ਜੇਬ ਚੋਂ ਕੱਲੇ ਪੈਸੇ ਕੱਢ ਕੇ ਆ ਗਿਆ ਮੁੰਡਾ ਪਟਵਾਰੀ ਦਾ ਉਸਨੇ ਵੀ ਆਪਣੇ ਅੱਬੂ ਨੂੰ ਪਾਣੀ ਚ ਡਿੱਗ ਗਿਆ ਪਾਣੀ ਚ ਧੱਕਾ ਦਿੱਤਾ ਕਹਿੰਦਾ ਮੈਂ ਦੇਖਣਾ ਕਿੰਨੇ ਕੁ ਪਾਣੀ ਦਾ ਉਹਦਾ ਨਸ਼ੀ ਇੱਕ ਦਿਨ ਬਾਜੀ
ਮੁਲਕ ਦਾ ਸਦਰ ਹੁੰਦਾ ਤਾਂ ਮੁਲਕ ਦੀ ਤਕਦੀਰ ਬਦਲ ਦੇਣੀ ਸੀ। ਕਹਿੰਦੀ ਹਫ਼ਤਾ ਹੋ ਗਿਆ ਤੂੰ ਕੱਪੜੇ ਤੇ ਬਦਲੇ। ਤਕਦੀਰ ਤੂੰ ਕੱਟਾ ਬਦਲਣੀ ਆ। ਫੈਸਲ ਭਾਈ ਲਾਸ਼ਾਂ ਲਵਾਉਣ ਦਾ ਕੰਮ ਕਰਦੇ ਸੀ, ਫਿਰ ਇੱਕ ਦਿਨ ਅੱਠ ਨੌ ਗਾਹ ਕਰਕੇ ਤੇ ਮੇਰ ਤੇ ਲੈ ਗਏ ਵੱਡਾ ਪੈਪ ਲਾ ਕੇ। ਉਸਤਾਦ ਜੀ ਮੁਲਕ ਦੇ ਸਦਰ ਬਣ ਗਏ। ਉਸਤਾਦ ਜੀ ਮੁਲਕ ਦੇ ਸਦਰ ਬਣ ਗਏ ਤੇ ਮਹੱਲੇ ਚ ਬਹੁਤ ਕੀ ਹੋ ਗਈ ਤੇ ਬੁੱਢੀਆਂ ਤੇਰਾ ਮੈਲ ਪਾਉਣ ਦੇ ਮਰ ਗਿਆ। ਸਦਰ ਬਣ ਗਏ ਤੇ ਇੰਨੇ ਸ਼ੱਕੀ ਵਹਿਮੀ ਸੀ ਪਾਰਲੀਮੈਂਟ ਦੀ ਚਾਬੀ ਨਾਲੇ ਨਾਲ ਬੰਨੀ। ਸਦਰ ਬਣ ਗਏ ਤੇ ਇੰਨੇ ਸ਼ੱਕੀ ਸੀ ਪਾਰਲੀਮੈਂਟ ਦੀ ਚਾਬੀ ਨਾਲੇ ਨਾ ਬੰਨੀ ਕਿ ਕੋਈ ਮੇਰੇ ਪਿੱਛੇ ਜਾਂਦਾ ਤਾਂ ਮੇਰੇ ਉਹ ਲਿਖੋ ਯਾਰ ਫਰੀਦ ਦੀ ਸੁਣ ਲਓ ਫੈਸਲ ਕੰਮ ਤੇ ਜਾਣ ਲੱਗਿਆ ਰੋਟੀ ਵਾਲਾ ਡੱਬਾ ਨਾਲ ਲੈ ਕੇ ਜਾ ਰਿਹਾ ਬੱਸ ਚ ਬੈਠਾ। ਇਹਨੂੰ ਭੁੱਖ ਲੱਗੀ ਇਹਨੇ ਡੱਬਾ ਖੋਲਿਆ ਤੇ ਡੱਬੇ ਤੇ ਸੁਰਖੀ ਲੱਗੀ ਪਾਊਡਰ ਲੱਗਾ ਸਾਈਡਾਂ ਦੇ ਕਾਂਟੇ ਲਮਕਦੇ। ਇਹਨੇ ਘਰ ਫੋਨ ਕੀਤਾ ਕਹਿੰਦਾ ਰੋਟੀ ਵਾਲੇ ਡੱਬੇ ਨੂੰ ਕੀ ਕੀਤਾ ਏ ਭਲੀਏ। ਉਹ ਕਹਿੰਦੀ ਤੁਸੀਂ ਆਪੇ ਤੇ ਕਿਹਾ ਸੀ ਰੋਟੀ ਵਾਲਾ ਡੱਬਾ ਤਿਆਰ ਕਰਦੇ। ਮੈਨੂੰ ਕਹਿੰਦਾ ਮੈਂ ਥੀਏਟਰ ਤੇ ਹੁੰਦਾ ਵਾ ਮੈਂ ਜਾ ਕੇ ਵੇਖਿਆ ਪ੍ਰੈਜੀਡੈਂਟਰ ਤੇ ਲੱਗਾ ਦੂਰੋਂ ਦੂਰੋਂ ਇਹ ਕਿਆ ਪ੍ਰੈਜੀਡੈਂਟਰ ਤੇ ਫੈਸਲ ਦਾ ਦਾਦਾ ਮਰ ਗਿਆ। ਆਹਾ ਗਿਆਰਾਂ ਪਾਈ ਵਾਲੇ ਲੈ ਕੇ ਜਾਣ ਡੇ। ਹਾਂ ਉਹਨਾਂ ਨੂੰ ਕਹਿੰਦਾ ਜ਼ਰਾ ਸ਼ਹਿਰ ਵੱਲੋਂ ਦੀ ਜਾਣਾ। ਉਹ ਕਹਿੰਦੇ ਕਿਉਂ? ਕਹਿੰਦਾ ਉੱਥੋਂ ਪਾਲ ਲੈਣੇ। ਫਰੀਦ ਦੀ ਨਜ਼ਰ ਖਰਾਬ ਸੀ ਕਰੇਲੇ ਨਾਲ ਚੈਨਲ ਬਦਲੀ ਜਾਵੇ ਦੂਰੋਂ ਦੂਰੋਂ ਨਜ਼ਰ ਖਰਾਬ ਸੀ ਕਰੇਲੇ ਨਾਲ ਚੈਨਲ ਬਦਲੀ ਜਾਵੇ ਤੇ ਉਹਦੇ ਚ ਬੋਰ ਨੀ ਕਰਦੀ। ਮੈਂ ਲੈ ਜਾਣੀ ਆ ਲੈ ਜਾਣੀ ਕਾਰ। ਅਬਾਸ ਨੂੰ ਟ੍ਰੈਫਿਕ ਵਾਲਿਆਂ ਨੇ ਰੋਕਿਆ ਤੇਰੇ ਕੋਲ ਕਾਗਜ਼ ਪੂਰੇ ਸੀ। ਉਹ ਕਹਿੰਦੇ ਨੈਣ ਨਕਸ਼ਾ ਦਾ ਚਲਾਨ ਹੋਏਗਾ। ਦਾਨਸ਼ਿਕ ਬੰਦੇ ਨੂੰ ਕਹਿੰਦਾ ਭਾਜੀ ਬੜੇ ਸੋਹਣੇ ਲੱਗ ਰਹੇ ਹੋ। ਉਹ ਬੰਦਾ ਕਹਿੰਦਾ ਮੈਂ ਨਹੀਂ ਸੋਹਣਾ ਤੂੰ ਸ਼ੀਸ਼ਾ ਵੇਖਣ ਤੋਂ ਬਾਅਦ ਫੌਰਨ ਜਿਹਨੂੰ ਵੇਖੀ ਤੈਨੂੰ ਉਹ ਸੋਹਣਾ ਹੀ ਲੱਗ। ਤੇਰੀ ਵਜ੍ਹਾ ਤੋਂ ਮੈਂ ਜ਼ਲੀਲ ਹੋ ਗਿਆ। ਤੇਰੀ ਵਜ੍ਹਾ ਤੋਂ ਮੈਂ ਜ਼ਲੀਲ ਹੋ ਗਿਆ। ਉਹ ਕਿਉਂ ਪਰ ਕਿਉਂ ਬਸ ਚ ਬੈਠਾ ਸੀ। ਅੱਛਾ ਕੰਡਕਟਰ ਕਹਿੰਦਾ ਗੰਦੇ ਨਾਲੇ ਵਾਲੇ ਉਤਰ ਜਾਓ। ਮੈਨੂੰ ਮੈਂ ਤੈਨੂੰ ਕਿਹਾ ਵੀ ਸੀ ਮੈਨੂੰ ਪੈਂਟ ਸ਼ਰਟ ਪਾਉਣ ਦੇ ਗੰਦੇ ਨਾਲੇ। ਉਸਤਾਦ ਜੀ ਦਾ ਇਹਨੇ ਨਾਲਾ ਗੰਦਾ ਪਾਇਆ ਸੀ। ਫੈਸਲ ਵੀ ਘੋੜੀ ਰੱਖੀ ਘਰ। ਉਸਤਾਦ ਜੀ ਘੋੜੀ ਰੱਖੀ ਘਰ ਕਿਹੜੀ ਘੋੜੀ ਜਿਹੜੀ ਹੁੰਦੀ ਆ ਸਾਲੀ ਜਿਹੜੀ ਆ ਘੋੜੇ ਤੋਂ ਘੋੜੀ। ਅੱਛਾ ਘੋੜੀ ਰੱਖੀ ਘਰ ਇੱਕ ਜਗ੍ਹਾ ਤੇ ਮੁਕਾਬਲਾ ਹੁਸਨ ਘੋੜੀਆਂ ਦਾ ਹੋਇਆ ਉੱਥੇ ਲੈ ਗਿਆ। ਉਹਨਾਂ ਨੇ ਕਿਹਾ ਆਪਣੀ ਘੋੜੀ ਦੇ ਦੋ ਪੈਰ ਵਿਖਾਓ। ਇਹਨੇ ਥਾਪੜੀ ਦਿੱਤੀ ਘੋੜੀ ਐਡੀ ਕਮਜ਼ੋਰ ਸੀ ਉਹ ਥੱਲੇ ਜਾ ਪਈ ਕਹਿੰਦਾ ਚਾਰੇ ਵੇਖੋ ਨਹੀਂ ਨਹੀਂ ਇਹ ਲਤੀਫਾ ਹੈ ਇੱਕ
ਘੋੜੀ ਲੈ ਗਿਆ ਆਪਣੀ ਨਹੀਂ ਮੁਕਾਬਲੇ ਹੁਸਨ ਚ ਨਹੀਂ ਗੱਲ ਬੜੀ ਮਜ਼ੇਦਾਰ ਆ ਮੁਕਾਬਲੇ ਹੁਸਨ ਚ ਘੋੜੀ ਲੈ ਗਿਆ ਤੇ ਮਾੜੀ ਘੋੜੀ ਉਹਨਾਂ ਨੇ ਕਿਹਾ ਵੀ ਘੋੜੀ ਦੇ ਦੋ ਦੋ ਪੈਰ ਵਹਾਓ ਤੇ ਇਹਨੇ ਘੋੜੀ ਨੂੰ ਇੰਜ ਕਰਕੇ ਜੈਂਟਾ ਮਾਰਿਆ ਤੇ ਡਿੱਗ ਕੇ ਪੁੱਠੀ ਹੋ ਕੇ ਇੰਜ ਕਰ ਲਿਆ ਉਹਨੇ ਕਹਿੰਦਾ ਜੀ ਤੁਸੀਂ ਚਾਰੇ ਵੇਖੋ ਇਹ ਗੱਲ ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਇਸ ਕਰਜ ਤੇ ਤੇ ਮਾਰੀਏ ਚੱਲ ਵੀ ਚੱਲ ਚੱਲ ਤੁਸੀਂ ਕੰਮ ਤੇ ਆਓ ਫਿਰ ਵੀ ਸੁਣ ਲਓ ਇੱਕ ਜਗ੍ਹਾ ਤੇ ਘੋੜੀਆਂ ਦੀ ਰੇਸ ਸੀ ਉੱਥੇ ਕੰਡੀਸ਼ਨ ਲੈ ਲਿਆ ਸਾਰੇ ਘੋੜੀਆਂ ਲੈ ਆਏ ਇਹ ਸਾਰਾ ਰੰਗ ਵਾਲੀ ਲੈ ਗਿਆ ਸਾਰੇ ਤਨਹਾਰੇ ਨੇ ਧੱਕਾ ਲਾ ਰਿਹਾ मेहंदी वाली ले रेस वाली लियानी सी नागरीन कसम वाली गल आ सानू नहीं पता हुंदा की हो जाना रही इस प्रोग्राम की खूबसूरती है फाइन मैं तुहानू मजे की गल दसा मैं टीवी चैनल ते भी काम किया प्रोग्राम होंगे भी वेखे ने सारा कुछ देखिया हफ्ते च दो तीन प्रोग्राम होंगे ने जो वे चैनल लाइक कॉमेडी प्रोग्राम ते दो दो तीन तीन राइटर होंगे ने ते कंटेंट जिहड़ा ना हफ्ते च दो प्रोग्राम होण ना ते वक्त पिया होंदा कि यार एरकी कौन सा टॉपिक एरकी कौन सा साडा डेल और हफ्ते और होंगे ने 32-35 मिनट का प्रोग्राम होंगे घंटे की स्लॉट च 50 मिनट का होंगे यानी मशहूरियां पा के ते साडा 40-45-50-45-50-42-48 मिनट का रोज हों बिल्कुल रोज हों और पता नहीं किदा हो जाता है ही कोई करने वाली सची मुझे कोई स्क्रिप्ट नहीं कोई डायरेक्टर डेली 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 45-50 मिनट डेली अल्लाह पाक और वो आप ही कोई बरकत पाई जा रही है मैनू नहीं समझ आ रही आप कोई ना कोई गल आई जा रही है साजी नहीं तो इन टी टाइम में मेरे ख्याल कोई 5 महीने हो गए ने ठीक है ना बिचो छुट्टियां भी होंगे लेकिन फिर भी हूँ तुम अदनान अली पहले इंग्लिश लिखी है फिर अगर उर्दू जी भी लिखी अदनान अली अस्सलाम वालेकुम जानी भाई जिंदगी में बहुत टेंशन है अल्लाह और अल्लाह के रसूल के बाद आपका प्रोग्राम है जिसे मैं देखकर अपनी टेंशन को दूर करता हूँ जजाक अल्लाह अल्लाह पाक आपको और आपकी टीम को नजरे बद से बचाए यानी अब यह लोगों इन्ना यानी कि इन्ना असर करता इन्ना लोग मुहब्बत करते हैं इन्ना अपनाइयत मिलती है सर जी आप अच्छे ने कसम दिल दे आप अच्छे ने अच्छा हूँ दानिश लो अरुण सेज अरुण सेज भाई कह रहे ने आई सा दानिश इन माई ड्रीम लास्ट नाइट सदका दो दादरा जख्म कर देना देखो देखो आई सा दानिश इन माई ड्रीम लास्ट नाइट कैसा खुश किस्मत भाई है मुबारक हो भाई आपको बहुत ज्यादा कांग्रेचुलेशन अच्छा इधर सुनना सजाद जी पाजी साडा ता ब्लड ग्रुप ही टी पॉजिटिव हो गया बाकी भी बहुत सारे चैनल ने उन्होंने थले बड़ी बड़ी वाह जी बहुत अच्छा आर्टिस्ट है बहुत अच्छा शो था ये वो चल लेकिन कुछ लाइन ऐसी होंगे ने जिता लाइन ने मैं नहीं लगता कि होर भी होगा यानी जिथे लोग दाद नहीं दे रहे कली कि जी बहुत अच्छे नहीं कह रहे ये कह रहे ने कोई ना कोई लाइन स्टोरी लिख रहे ने अपनी कि मैं रोज ऑफिस जाके जब तक शो ना देख लूं
मैं खाना नहीं खाता, प्लीज जल्दी अपलोड किया करें क्योंकि मैंने खाना इसके साथ खाना होता है। इस तरह दी जड़ियां गल्लां ने ना रूटीना लोकां ए हां जी इन ओ की कहंदे ना जेड़ा आदि हो जांदा बंदा अडिक्ट 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 हां जी अडिक्ट 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 ना हां और बहुत प्यार करते हैं नाजरीन। अच्छा दूसरी गल है किस टाइम शो माड़ा भी हो जाता है, किस टाइम साड़ी तबीयत भी नहीं सही होंगी, किस टाइम कोई होर भी रौला होता, लेकिन वो सारे वो कहें कि भैन फिक्का करो चंगा करो माड़ा करो सानू रोज़ चाहिए। वो इस तरह ही है ना जिदा असं दोस्त बैठे होंगे ने यार, दोस्त बैठे ने जरूरी जिदा असी एक थड़े से बहन लग पीए तो कोई दिन ऐसा होगा तो असं कहोंगे यार अज बहुत ही मजा आया, अज तो ऐसा मजा किसी ने कहोंगे यार अज मेरा नॉर्मल ही कोई आया नहीं या कोई गल नहीं तुरी, इस तरह ही आ क्योंकि विदाउट स्क्रिप्ट आया। हूँ जो स्टार्ट से ना अज के शो का ढोलक द जुगत ए दो चार जुगतों का सी कि भी दो चार जुगतां इहदे नाल स्टार्ट करांगे, उस तो बाद प्रोग्राम फैसल ने होर सोचा सी कि मैं ऐ करांगा ते ओ लेकिन वह पूरे 48 मिनट 50 मिनट उहदे च जुगतां जी नंगे किधर दा किधर चला गया काम। ਇਹ ਕੋਈ ਇੱਕ ਕਰਮ ਹੁੰਦਾ ਕਰਮ ਨਵਾਜ਼ੀ ਹੋਈ ਸਤਾਰ ਜੀ ਮੈਂ ਹਿਸਾਬ ਲਾਇਆ, ਮੈਂ ਪਹਿਲੀ ਵਾਰੀ ਜੁਗਤਾਂ ਕੀਤੀਆਂ ਮੈਂ ਹਿਸਾਬ ਲਾਇਆ ਨਾਦਰੀਨ, ਮੈਂ ਐਕਸਪੀਰੀਅੰਸ ਜਿਹੜਾ ਮੇਰਾ ਜਿੰਨੇ ਮਰਜ਼ੀ ਤੁਸੀਂ ਟੈਲੈਂਟਡ ਹੋ ਜਿੰਨੀ ਮਰਜ਼ੀ ਤੁਹਾਨੂੰ ਅੱਛੀ ਗੱਲ ਆਉਂਦੀ ਹੈ ਬਰਕਤ ਨਾ ਕਿਸੇ ਹੋਰ ਵਜ੍ਹਾ ਤੋਂ ਪੈਂਦੀ ਤੁਹਾਡੀ ਗੱਲ 'ਚ, ਬਿਲਕੁਲ ਸਹੀ, ਕਿਸੇ ਕੋਈ ਰੌਲਾ ਹੁੰਦਾ ਹੈ ਕਿ ਤੁਹਾਡੀ ਇੱਕ ਟੀਮ 'ਚ ਤੁਹਾਡੀ ਇੱਕ ਮਹਿਫਲ 'ਚ ਤੁਹਾਡੀ ਗੱਲ 'ਚ ਬਰਕਤ ਹੁੰਦੀ, ਗੱਲ ਤੁਰੀ ਰਹਿੰਦੀ ਹੈ। ਸਹੀ ਵਾ, ਇਹ ਕੋਈ ਹੋਰ ਚੱਕਰ ਹੁੰਦਾ, ਜ਼ਰੂਰੀ ਨਹੀਂ ਕਿ ਵੀ ਮੈਂ ਬਹੁਤ ਟੈਲੈਂਟਡ ਹਾਂ ਜਾਂ ਇਹ ਟੈਲੈਂਟ ਦਿਲ ਕਰੇ। ਬੜੇ ਬੜੇ ਇੱਥੇ ਬੰਦੇ ਮੈਂ ਦੇਖੇ ਨੇ ਬੈਠੇ ਮੇਰੇ ਨਾਲ ਜਿਨ੍ਹਾਂ ਨੇ ਸ਼ੋਜ਼ ਵੀ ਕੀਤੇ ਨੇ, ਉਹਨਾਂ ਨੇ ਉਸ ਤੋਂ ਬਾਅਦ 50,000 ਟਰਾਈਆਂ ਕੀਤੀਆਂ ਨੇ ਹੋਰਾਂ ਸ਼ੋਵਾਂ 'ਚ, ਉਹਨਾਂ ਦੀ ਉਹ ਗੱਲ ਹੀ ਨਹੀਂ ਖੁੱਲ੍ਹੀ, ਉਹਨਾਂ ਦਾ ਉਹ ਗੇਮ ਹੀ ਨਹੀਂ ਬਣੀ, ਉਹਨਾਂ ਕੋਲ ਉਸ ਤਰ੍ਹਾਂ ਗੱਲ ਹੀ ਨਹੀਂ ਹੋਈ ਜਿਹੜੀ ਇੱਥੇ ਸਜਾਦ ਜਾਨੀ ਟੀਮ 'ਚ ਜਾਂ ਮੇਰੇ ਨਾਲ। ਇੱਕ ਉਹਦੀ ਕਰਮ ਨਵਾਜ਼ੀ ਆ ਕਿ ਉਹਦੀ ਕੋਈ ਉਹਦਾ ਕੋਈ ਕਰਮ ਆ ਅਤੇ ਅਸੀਂ ਉਹਦਾ ਜਿੰਨਾ ਵੀ ਸ਼ੁਕਰ ਅਦਾ ਕਰੀਏ ਘੱਟ ਆ। ਹੁਣ ਜਦੋਂ ਇਹ ਆਏ ਸੀ ਨਾ ਮੈਂ ਤਾਂ ਦੱਸਦਾ ਯਾਰ ਕਿ ਜਦੋਂ ਦਾਨਿਸ਼ ਬਾਸ ਦੋਵੇਂ ਆਏ ਨੇ ਅਤੇ ਇਹਨਾਂ ਦਾ ਕਿਉਂਕਿ ਫੋਰਮੈਟ ਉਹ ਹੀ ਸੀ ਕਿ ਐਡਾ ਪਾਗਲ ਆ ਇਸ ਤਰ੍ਹਾਂ ਉਹ ਜੁਗਤ ਵਾਲਾ, ਇਹਨਾਂ ਨੂੰ ਮੈਂ ਆਹਿਸਤਾ ਮੈਂ ਕਿਹਾ ਯਾਰ ਜੁਗਤ ਛੱਡ ਦਿਓ ਵਿੱਚ ਇਨਵੋਲਵ ਹੋਣਾ ਸ਼ੁਰੂ ਹੋ ਇਨਵੋਲਵ, ਫਿਰ ਅਸੀਂ ਕਸੋਟੀ ਇੰਨਾ ਖੇਡਣੀ ਸ਼ੁਰੂ ਕਰਤੀ, ਇਹ ਵੀ ਬੋਲਣ ਲੱਗ ਪਿਆ ਦਾਨਿਸ਼ ਦਾ। ਹੁਣ ਲੋਕ ਕਹਿੰਦੇ ਨੇ ਕਿ ਯਾਰ ਦਾਨਿਸ਼ ਡੇ ਬਾਈ ਡੇ ਮਤਲਬ ਰਚਣ ਲੱਗ ਪਿਆ ਵਿੱਚ ਜੀ, ਇਹ ਨਾ ਦਾਨਿਸ਼ ਦਾ ਕਮਾਲ ਆ ਨਾ ਮੇਰਾ ਕਮਾਲ ਆ ਨਾ ਕਿਸੇ ਦਾ ਕਮਾਲ ਨਹੀਂ, ਇਹ ਆਪਸ 'ਚ ਕੋਈ ਤੁਹਾਡਾ ਪਿਆਰ ਦਾ ਕੋਈ ਕਮਾਲ ਆ, ਕੋਈ ਤੁਹਾਡੀ ਮੁਹੱਬਤ ਦਾ ਕਮਾਲ ਆ ਕਿ ਇਹਦੇ 'ਚ ਨਾ ਬਰਕਤ ਪਈ ਜਾ ਰਹੀ ਹੈ ਅਤੇ, ਲੇਕਿਨ ਇਹ ਹੈ ਕਿ ਇਹ ਜਦੋਂ ਤੁਹਾਨੂੰ ਲੱਗੇ ਨਾ, ਫਿਲਹਾਲ ਤਾਂ ਅਸੀਂ ਕਰੀ ਜਾ ਰਹੇ ਹਾਂ ਲੇਕਿਨ ਫਿਰ ਵੀ ਇੱਕ ਚੀਜ਼ ਹੁੰਦੀ ਨਾ ਕਿ ਵੀ ਕਿੰਨੀ ਕੁ ਲੌਂਗ ਟਾਈਮ, ਠੀਕ ਹੈ ਨਾ, ਅਤੇ ਫਿਰ ਆਪਾਂ ਕੋਈ ਹੋਰ ਗੇਮ ਕਰ ਲਾਂਗੇ ਫਿਰ ਉਹਦੇ 'ਚ ਰੱਬ ਬਰਕਤ ਤੁਸੀਂ, ਲੇਕਿਨ ਤੁਹਾਡਾ ਸਾਥ ਜ਼ਰੂਰੀ ਹੈ। ਸਾਹਿਬ ਜੀ ਨਾਲੇ ਇੱਕ ਹੋਰ ਗੱਲ, ਜਿੱਥੇ ਮੈਂ ਪੜ੍ਹਾਉਂਦਾ ਵਾ ਨਾ ਮਤਲਬ ਕਾਲਜ ਦੇ ਵਿੱਚ ਜੀ, ਮੈਂ ਉੱਥੋਂ ਪੱਟੀਆਂ ਪੜਾਉਂਦਾ ਬੱਚਿਆਂ ਨੂੰ, ਇਹਨਾਂ ਪਿੱਤੇ ਦਾ ਆਪਰੇਸ਼ਨ ਕਰਾ ਕੇ ਸਿੱਧਾ ਇੱਧਰ ਨੂੰ ਆ ਗਏ ਇਹਦਾ ਹੁਲੀਆ ਤੇ, ਅੱਜ ਦੇਖੋ ਯਾਰ ਕੀ ਦਾਨਿਸ਼ ਤੈਨੂੰ ਨਹੀਂ ਪਤਾ ਹੈਗਾ, ਤੂੰ ਕਾ ਕਸਮ ਨਹੀਂ ਪਤਾ ਤੈਨੂੰ ਨਾ ਕਾ ਕਸਮ। ਅੱਛਾ ਠਹਿਰ ਜਾਓ ਉਸਤਾਦ ਜੀ, ਮੇਰੇ ਭਾਈ ਗਏ ਨੇ ਉਮਰੇ ਤੇ, ਉਹਨਾਂ ਦੀ ਤਬੀਅਤ ਨਹੀਂ ਸਹੀ, ਉਹਨਾਂ ਲਈ ਦੁਆ ਵੀ ਕਰਵਾ ਦੇਣਾ। ਉਹ ਗਏ ਨੇ ਉੱਥੇ ਉਹਨਾਂ ਕੋਲੋਂ ਸਾਡੇ ਲਈ ਸਗੋਂ ਕਰਵਾ, ਉੱਥੇ ਜਿਹੜੇ ਗਏ ਨੇ ਉਹਨਾਂ ਨੂੰ ਕਹਿ ਦੁਆ ਕਰਨ। ਅੱਛਾ ਹਾਂ, ਔਰ ਉਹ ਅਗਰ ਉਹਨਾਂ ਦੀ ਤਬੀਅਤ ਨਹੀਂ ਸਹੀ ਸਹੀ ਤੇ ਉਹਨਾਂ ਦੀ ਚਾਂਸ ਆ ਜ਼ਿਆਦਾ ਜਲਦੀ ਕਬੂਲ ਹੋਏਗੀ ਬਾਕੀਆਂ ਨਾਲੋਂ। ਓਕੇ, ਔਰ ਸਾਡੇ ਲਈ ਵੀ ਉਹਨਾਂ ਕੋਲੋਂ ਦੁਆ ਕਰਾ, ਕਰਵਾਈ ਉਸਤਾਦ ਜੀ ਪਹਿਲੇ ਹੋਈ ਤੁਹਾਡੇ ਲਈ, ਆਹੋ ਸ਼ੇਵ ਵੀ ਕਰਾ ਚਾਹੁੰਦੇ ਮੈਂ ਸ਼ੇਵ ਕੀਤੀ, ਆਹ ਬਸ ਜੀ ਆ ਬਸ ਠੀਕ ਗੱਲ। ਲਓ ਜੀ ਨਾਦਰੀਨ, ਨੈਚੁਰਲ ਇੰਜ ਹੀ ਹੁੰਦਾ ਉਸਤਾਦ ਜੀ, ਨੈਚੁਰਲ। ਨਾਦਰੀਨ ਆਪਣਾ ਬਹੁਤ ਖਿਆਲ ਰੱਖਣਾ ਕਿਉਂਕਿ ਤੁਹਾਨੂੰ ਇਹ ਲੱਗਦਾ ਨਾ 50 ਮਿੰਟ ਅਸੀਂ ਬੈਠੇ ਬੋਲਦੇ ਨਾ ਭਾਵੇਂ ਫਿਜ਼ੀਕਲੀ ਨਹੀਂ ਥੱਕਦੇ ਪਰ ਇੱਥੋਂ ਸਾਡੀ ਬੱਸ ਹੋ ਜਾਂਦੀ ਹੈ, ਇਹ ਸੱਚੀ ਮੁੱਚੇ ਲਈ ਜੈਨੂਇਨ ਗੱਲ ਆ ਕਿ ਥਕਾਵਟ ਬਹੁਤ ਹੋ ਜਾਂਦੀ ਹੈ ਅਤੇ ਆਪਣਾ ਖਿਆਲ ਰੱਖਣਾ, ਲਵ ਯੂ, ਜਿੰਦੇ ਵੱਸਦੇ ਰਹੋ, ਹੱਸਦੇ ਵੱਸਦੇ ਰਹੋ, ਜਿਹੜੇ ਜਿਹਨਾਂ ਨੂੰ ਕੋਈ ਪ੍ਰੋਬਲਮ ਆ ਸਾਡੀ ਸਾਰੇ ਦੁਆ ਅੱਲਾ ਉਹਨਾਂ ਦੀਆਂ ਪ੍ਰੋਬਲਮ ਦੂਰ ਕਰੇ, ਔਰ ਅਗਰ ਤੁਹਾਨੂੰ ਲੱਗ ਰਿਹਾ ਕਿ ਇਸ ਸ਼ੋਅ ਦੇ ਵਿੱਚ ਤੁਸੀਂ ਕੁਛ ਹੱਸਦੇ ਖੇਡਦੇ ਹੋ, ਤੁਹਾਨੂੰ ਕੁਛ ਥੋੜ੍ਹਾ ਸਕੂਨ ਮਿਲਦਾ, ਰਿਲੈਕਸੇਸ਼ਨ ਮਿਲਦੀ ਹੈ ਅਤੇ ਸਾਡੇ ਲਈ ਵੀ ਦੁਆ ਕਰਨਾ ਕਿ ਅਸੀਂ ਕਰਦੇ ਰਹੀਏ, ਔਰ ਸਾਰੇ ਮਿਲ ਕੇ ਆਪਸ 'ਚ ਵੀ ਦੁਆ ਕਰੀਏ ਕਿ ਸਾਰੇ ਰੱਬ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਔਰ ਜਿਹੜੀ ਜਿਹੜੀ ਪਰੇਸ਼ਾਨੀ ਉਹਨਾਂ ਦੀ ਦੂਰ ਕਰੇ। ਆਪਣਾ ਬਹੁਤ ਖਿਆਲ ਰੱਖਣਾ, ਅੱਲਾ ਹਾਫਿਜ਼।